ਨਿਰਮਲ ਸਿੰਘ ਮਾਨ ਦਾ ਨਾਵਲ ਪੂਤਾਂਵਲੀ ਹਵੇਲੀ 11ਵਾਂ ਮੰਗ ਸਾਗਰ ਨੂੰ ਸ਼ਹਿਰ ਗਿਆ ਪਾਵੇਂ ਮੁਸ਼ਕਲ ਨਾਲ 2 ਮਹੀਨੇ ਹੋਏ ਸਨ ਪਰ ਬਿਛਨੀ ਨੂੰ ਇੰਜ ਜਾਪਦਾ ਸੀ ਜਿਵੇਂ ਇੱਕ ਯੁੱਗ ਬੀਤ ਗਿਆ ਹੋਵੇ ਜਦੋਂ ਦਾ ਸਾਗਰ ਗਿਆ ਸੀ ਉਸ ਵੱਲੋਂ ਕੇਵਲ ਇੱਕ ਕਾਰਡ ਹੀ ਆਇਆ ਸੀ ਜਿਸ 'ਚ ਉਹਨੇ ਲਿਖਿਆ ਸੀ ਕਿ ਉਹ ਠੀਕ ਠਾਕ ਕੇ ਕੰਮ ਤੇ ਲੱਗਿਆ ਹੋਇਆ ਹੈ ਇੱਕ ਬਹੁਤ ਵੱਡੀ ਹਵੇਲੀ 'ਚ ਰਹਿੰਦਾ ਤੇ ਜਲਦੀ ਕੁਝ ਪੈਸੇ ਵੀ ਭੇਜੇਗਾ ਬਿਛਨੀ ਨੇ ਉਹ ਕਾਰਡ ਕਈ ਵਾਰ ਪੜਿਆ ਸੀ ਤੇ ਪੜਦਿਆਂ-ਪੜਦਿਆਂ ਉਹਦੀਆਂ ਅੱਖਾਂ 'ਚੋਂ ਆਪਣੇ ਆਪ ਥਰੂ ਡਿੱਗਣ ਲੱਗ ਪੈਂਦੇ ਸਨ ਜਦੋਂ ਵੀ ਕੋਈ ਗਵੰਡਣ ਆਉਂਦੀ ਜਾਂ ਉਹ ਗਵੰਡੀਆਂ ਦੇ ਜਾਂਦੀ ਤਾਂ ਸਾਗਰ ਦੀ ਗੱਲ ਛੇੜ ਦਿੰਦੀ ਤੇ ਉਹਦੀ ਨੌਕਰੀ ਬਾਰੇ ਉਹਦੇ ਰਹਿਣ ਵਾਲੀ ਹਵੇਲੀ ਬਾਰੇ ਤੇ ਪੈਸਿਆਂ ਬਾਰੇ ਉਹ ਗੱਲਾਂ ਕਰਦੀ ਨਾ ਥੱਕਦੀ ਕਈ ਗਵੰਡਣਾ ਤਾਂ ਉਹਦੀਆਂ ਗੱਲਾਂ ਸੁਣ ਕੇ ਹਾਂ ਕਰਦੀਆਂ ਰਹਿੰਦੀਆਂ ਪਰ ਕੀ ਖੇਜ ਜਾਂਦੀਆਂ ਕਿਸੇ ਕੰਮ ਦੇ ਬਹਾਨੇ ਉੱਠ ਕੇ ਧੁਰ ਜਾਂਦੀਆਂ ਅੱਜ ਵੀ ਬਿਸ਼ਨੀ ਨੇ ਤਵੰਗ ਰੋਟੀ ਪਾਣੀ ਦਾ ਕੰਮ ਓਕਾ ਕੇ ਚਰਖਾ ਢਾ ਕੇ ਬੈਠ ਗਈ ਰੋਟੀ ਪਾਣੀ ਦਾ ਕੰਮ ਵੀ ਕੋਈ ਖਾਸ ਨਹੀਂ ਸੀ ਰਹਿ ਗਿਆ ਉਸ ਇੱਕ ਜਾਂ ਦੋ ਰੋਟੀਆਂ ਪਕਾ ਕੇ ਅਚਾਰ ਨਾਲ ਖਾ ਲੈਣੀਆਂ ਸੀ ਤੇ ਬਸ ਬਰਸਾਤ ਦੀ ਰੁੱਤ ਸ਼ੁਰੂ ਹੋ ਗਈ ਸੀ ਤੇ ਫੁੱਲਾਂ ਦੀ ਕਿਆਰੀ 'ਚ ਫੁੱਲਾਂ ਦੇ ਬੂਟੇ ਇੱਧਰ-ਉੱਧਰ ਡਿੱਗੇ ਪਏ ਸਨ ਬਿਛਨੀ ਨੂੰ ਚਰਖਾ ਡਾਹਾਂ ਹਾਲਾਂ ਇੱਕ ਘੰਟਾ ਹੀ ਬੀਤਿਆ ਹੋਵੇਗਾ ਜਦੋਂ ਉਹਦੇ ਕੰਨੀ ਮੋਟਰਸਾਈਕਲ ਦੀ ਆਵਾਜ਼ ਪਈ ਪਿੰਡ ਦੇ ਇਸ ਹਿੱਸੇ 'ਚ ਮੋਟਰਸਾਈਕਲ ਘੱਟ ਵੱਧ ਆਇਆ ਕਰਦਾ ਸੀ ਇਸ ਲਈ ਬਿਸ਼ਨੀ ਖੜੀ ਉਤਸੁਕਤਾ ਨਾਲ ਉੱਠ ਕੇ ਦਰਵਾਜ਼ੇ ਵੱਲ ਵਧੀ ਮੋਟਰਸਾਈਕਲ ਵਾਲੇ ਨੇ ਬਿਸ਼ਨੀ ਨੂੰ ਦਰਵਾਜ਼ੇ 'ਚ ਖੜੀ ਦੇਖ ਕੇ ਮੋਟਰਸਾਈਕਲ ਰੋਕ ਲਿਆ ਪੁੱਛਣ ਲੱਗਾ ਮੈਂ ਕਿਹਾ ਮਾਤਾ ਜੀ ਇੱਥੇ ਸਾਗਰ ਹੋਰਾਂ ਦਾ ਘਰ ਕਿਹੜਾ ਕਿਹੜਾ ਸਾਗਰ ਬਿਸ਼ਨੀ ਦਾ ਦਿਲ ਬੈਠਣ ਲੱਗਾ ਮੂੰਹ ਤੇ ਹਵਾਈਆਂ ਉੱਡਣ ਲੱਗੀਆਂ ਸਾਗਰ ਬੰਤਾ ਸਿੰਘ ਦਾ ਪੁੱਤਰ ਹੈ ਇਹੋ ਹੀ ਹੈ ਕੀ ਗੱਲ ਹੈ ਬਿਸ਼ਨੀ ਨੇ ਕਾਲੀ ਨਾਲ ਪੁੱਛਿਆ ਉਹਦੀਆਂ ਲੱਤਾਂ ਨੂੰ ਕੰਬਣੀ ਛਿੜ ਗਈ ਇਹ ਜ਼ਰੂਰ ਕੋਈ ਮੁਸੀਬਤ ਦੀ ਖਬਰ ਲੈ ਕੇ ਆਇਆ ਹੈ ਰੱਬਾ ਮੇਰਾ ਪੁੱਤ ਰਾਜੀ ਖੁਸ਼ੀ ਹੋਵੇ ਮਨ ਹੀ ਮਨ ਅਰਦਾਸ ਕਰਨ ਲੱਗੀ ਮੇਰਾ ਨਾਮ ਪ੍ਰੇਮ ਹੀ ਸਾਗਰ ਮੇਰਾ ਦੋਸਤ ਹੈ ਤੇ ਮੇਰੇ ਕੋਲ ਹੀ ਰਹਿੰਦਾ ਮੈਂ ਸ਼ਹਿਰੋਂ ਆਇਆ ਵਿਸ਼ਨੀ ਦੀ ਚਿੰਤਾ ਤੇ ਘਬਰਾਹਟ ਜੋ ਕੁਝ ਪਲ ਪਹਿਲਾਂ ਹੀ ਸੀ ਇੱਕਦਮ हट ਗਈ ਪਰ ਖੁਸ਼ੀ ਵੀ ਉਹਦੇ ਘਟ ਉਹਨੂੰ ਘਟਣਾ ਹੋਈ ਉਹਦੇ ਹੱਥ ਪੈਰ ਫੁੱਲਣ ਲੱਗੇ ਉਹਨੂੰ ਕੁਝ ਪਲਾਂ ਲਈ ਇਹ ਵੀ ਨਾ ਸੁਝਿਆ ਵੀ ਉਹ ਪ੍ਰੇਮ ਨੂੰ ਅੰਦਰ ਆਉਣ ਨੂੰ ਕਹੇ ਉਹਦੀਆਂ ਅੱਖਾਂ ਪ੍ਰੇਮ ਤੇ ਗੱਡੀਆਂ ਗਈਆਂ ਜਿਵੇਂ ਉਹ ਪ੍ਰੇਮ ਨੂੰ ਨਹੀਂ ਸਗੋਂ ਇੱਕ ਲੰਮੇ ਸਮੇਂ ਵਿੱਚੋਂ ਸਾਗਰ ਨੂੰ ਹੀ ਦੇਖ ਰਹੀਆਂ ਹੁਣ ਕਿ ਮੈਂ ਅੰਦਰ ਆ ਸਕਦਾ ਪ੍ਰੇਮ ਨੇ ਮੋਟਰਸਾਈਕਲ ਸਟੈਂਡ ਤੇ ਖੜਾ ਕਰਕੇ ਆਪ ਹੀ ਕਹਿਤਾ ਕਿਉਂ ਨਹੀਂ ਪੁੱਤਰ ਆ ਜਾ ਲੰਘਿਆ ਅੰਦਰ ਤੂੰ ਮੈਨੂੰ ਸਾਗਰ ਵਰਗਾ ਹੀ ਐ ਮੋਟਰਸਾਈਕਲ ਵੀ ਅੰਦਰ ਲੈ ਆ ਪ੍ਰੇਮ ਅੰਦਰ ਚਲਾ ਗਿਆ ਪਹਿਲਾਂ ਤਾਂ ਬਿਜਲੀ ਨੇ ਕਾਲੀ-ਕਾਲੀ ਮੰਜਾ ਡਾਇਆ ਫਿਰ ਅੰਦਰੋਂ ਕਾਲੀ ਨਾਲ ਕੁਰਸੀ ਜੋ ਇੱਕੋ ਇੱਕ ਉਹਨਾਂ ਦੇ ਘਰ ਸੀ ਲੈ ਆਈ ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਉਹ ਕਿਵੇਂ ਸਚਾਨਕ ਆਏ ਪਰੋਣੇ ਦੀ ਸੇਵਾ ਕਰੇ ਉਹਨੂੰ ਤਾਂ ਹਾਲਾਏ ਵੀ ਨਹੀਂ ਸੀ ਪਤਾ ਕਿ ਮੋਟਰਸਾਈਕਲ ਤੇ ਆਇਆ ਪ੍ਰੇਮ ਮੰਜੇ ਤੇ ਬੈਠਣਾ ਪਸੰਦ ਕਰੇਗਾ ਜਾਂ ਕੁਰਸੀ ਤੇ ਪ੍ਰੇਮ ਪਹਿਲਾਂ ਮੰਜੇ ਤੇ ਬੈਠ ਗਿਆ ਛੇਤੀ ਬਿਸ਼ਨੀ ਨੇ ਉਹਨੂੰ ਕੁਰਸੀ ਤੇ ਬੈਠਣ ਨੂੰ ਜ਼ੋਰ ਪਾਇਆ ਜਦੋਂ ਪ੍ਰੇਮ ਨੇ ਕਿਹਾ ਮੰਜੇ ਤੇ ਠੀਕ ਹੈ ਤਾਂ ਬਿਸ਼ਨੀ ਅੰਦਰੋਂ ਦਰੀ ਤੇ ਚਾਦਰ ਸਰਾਣਾ ਲੈ ਆਈ ਮੰਜੇ ਤੇ ਵਿਛਾਉਣ ਲਈ ਜ਼ਿੱਦ ਕੀਤੀ ਪ੍ਰੇਮ ਨੇ ਬਹੁਤ ਨਾ ਕੀਤੀ ਪਰ ਬਿਸ਼ਨੀ ਮੰਨਣ ਵਾਲੀ ਨਹੀਂ ਸੀ ਉਹਨੇ ਬਿਸਤਰਾ ਵਿਛਾਈ ਦਿੱਤਾ ਤੇ ਜਦੋਂ ਅਖੀਰ ਪ੍ਰੇਮ ਮੰਜੇ ਤੇ ਟਿੱਕੇ ਬੈਠ ਗਿਆ ਬਿਸ਼ਨੀ ਅੰਦਰੋਂ ਆਪਣੀ ਵਿਆਹ ਦੀ ਲਿਆਂਦੀ ਹੋਈ ਪੱਖੀ ਕੱਢ ਲਈ ਪ੍ਰੇਮ ਨੂੰ ਝੱਲ ਮਾਰਨ ਲੱਗੇ ਮਾਂ ਜੀ ਇਹ ਕੀ ਕਰ ਰਹੇ ਹੋ ਪੱਖੀ ਮੈਨੂੰ ਦੇ ਦਿਓ ਤੁਸੀਂ ਕਿਉਂ ਇੰਨੀ ਤਕਲੀਫ ਕਰਦੇ ਹੋ ਤਕਲੀਫ ਕਾ ਦੇ ਪੁੱਤਰ ਮੈਨੂੰ ਤਾਂ ਇਹ ਦਿਨ ਭਾਗਾ ਵਾਲਾ ਚੜਿਆ ਹੋਕਾ ਪਰ ਕੇ ਕਾਕਾ ਇਹ ਦਿਨ ਤਾਂ ਮੈਨੂੰ ਕਈ ਸਾਲਾਂ ਪਿਛੋਂ ਆਇਆ ਇਸ ਘਰ ਬੜੇ ਚਿਰ ਤੋਂ ਕਿਸੇ ਪਰੋਣੇ ਨੇ ਪੈਰ ਨਹੀਂ ਪਾਇਆ ਤੂੰ ਮੇਰੇ ਪੁੱਤਰ ਦਾ ਦੋਸਤ ਹੈ ਮੈਨੂੰ ਸਾਗਰ ਵਰਗਾ ਹੀ ਹੈ ਇਸੇ ਲਈ ਤਾਂ ਮੈਂ ਕਹਿਣਾ ਪੱਖੀ ਮੈਨੂੰ ਦੇ ਦਿਓ ਬੱਚਿਆਂ ਦਾ ਫਰਜ਼ ਹੁੰਦਾ ਹੈ ਮਾਂ ਪਿਓ ਦੀ ਸੇਵਾ ਕਰਨਾ ਕਰਵਾਉਣਾ ਨਹੀਂ ਪ੍ਰੇਮ ਨੇ ਮੱਲੋ ਮੱਲੀ ਪੱਖੀ ਫੜ ਲਈ ਬਿਛਨੀ ਨੂੰ ਕੋਲ ਪਈ ਕੁਰਸੀ ਤੇ ਬੈਠਣ ਨੂੰ ਕਿਆ ਪਰ ਬਿਛਨੀ ਕੁਰਸੀ ਦੀ ਥਾਂ ਪੀੜੀ ਕੋਲ ਕਰਕੇ ਬੈਠਣੀ ਲੱਗੀ ਸੀ ਫਿਰ ਕੁਝ ਯਾਦ ਆਉਣ ਤੇ ਰੁਕ ਗਈ ਅੰਦਰ ਚਲੀ ਗਈ ਅੰਦਰੋਂ ਗੜਵੀ ਲੈ ਕੇ ਘਰੋਂ ਬਾਹਰ ਜਾਂਦੀ ਹੋਈ ਮੈਂ ਹੁਣੇ ਆਈ ਕਾਕਾ ਛੇਤੀ ਬਿਛਨੀ ਗੜਵੀ ਵਿੱਚ ਕੁਝ ਲੈ ਕੇ ਵਾਪਸ ਆ ਗਈ ਇੰਨੇ ਨੂੰ ਉਹਦੀ ਗਵੰਡਣ ਅੱਤੀ ਤੇ ਇੱਕ ਹੋਰ ਉਹਦੇ ਬੁਹੇ ਅੱਗੇ ਪੁੱਜ ਗਈਆਂ ਬਿਛਨੀ ਨੇ ਬੜੇ ਚਾਨ ਨਾਲ ਅੰਦਰ ਵੜਦੀ ਨੇ ਅਤਿੰਕਿਆ ਬੇਬੇ ਬਾਹਰ ਕਿਉਂ ਖੜ੍ਹੀ ਐ ਅੰਦਰ ਆ ਜਾ ਇਹ ਮੇਰੇ ਮੁੰਡੇ ਸਾਗਰ ਦਾ ਦੋਸਤ ਹੈ ਉਹਦੇ ਕੋਲ ਹੀ ਆਇਆ ਹੈ ਉਦੇ ਨਾਲ ਹੀ ਰਹਿੰਦਾ। ਨਹੀਂ ਮੈਂ ਤਾਂ ਫਿਟਫਿਟੀ ਦੀ ਆਵਾਜ਼ ਸੁਣੀ ਮੈਂ ਕਿਹਾ ਖਬਰੇ ਕੋਈ ਅਬਸਰ ਆਇਆ ਫੁੱਲਸ ਦਾ। ਪ੍ਰੇਮ ਨੇ ਅਤੀ ਨੂੰ ਵੀ ਹੱਥ ਜੋੜ ਕੇ ਸასი ਸ਼ਾਲ ਕਹੀ ਅੱਗੇ। ਅਤੀ ਨੇ ਜਿਉਂਦਾ ਰਹਿਣ ਦੀ ਅਸੀਸ ਦਿੱਤੀ ਪ੍ਰੇਮ ਦੇ ਲਾਗੇ ਪੁੰਜੇ ਬੈਠ ਗਈ। ਬੇ ਸੁਣਾ ਕਾਕਾ ਠੀਕ ਹੈ ਹਾਂ ਠੀਕ ਹੈ ਮਾਂ ਜੀ। ਬਿਸ਼ਨੀ ਦੀ ਖੁਸ਼ੀ ਤਾਂ ਕੋਈ ਪੁੱਛਿਆ ਹੀ ਜਾਣ ਸਕਦਾ ਸੀ। ਉਹਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ। ਮਿੰਟਾਂ ਸੈਂਟਾਂ ਚ ਗਵਾਂਡੀਆਂ ਦੇ ਘਰੋਂ ਦੁੱਧ ਲੈ ਆਈ, ਖੰਡ ਰਲਾ ਕੇ ਪ੍ਰੇਮ ਦੇ ਕੋਲ ਪੁੰਜ ਗਈ। ਪ੍ਰੇਮ ਵੀ ਉਹਦੀ ਇਸ ਖੁਸ਼ੀ ਨੂੰ ਦੇਖ ਰਿਹਾ ਸੀ। ਪ੍ਰੇਮ ਨੇ ਭਾਵੇਂ ਦੁੱਧ ਪੀਣ ਤੋਂ ਬਹੁਤ ਨਾ ਕੀਤੀ ਪਰ ਬਿਸ਼ਨੀ ਦੇ ਹੱਥ ਅੱਗੇ ਉਹਨੂੰ ਹਾਰ ਮੰਨਣੀ ਪਈ ਦੁੱਧ ਪੀਣਾ ਪਿਆ। ਦੁੱਧ ਪਲਾ ਕੇ ਬਿਸ਼ਨੀ ਵੀ ਉਹਦੇ ਕੋਲ ਬੈਠ ਗਈ। ਸਾਗਰ ਬਾਰੇ ਪੁੱਛਣ ਲੱਗੀ। ਉਹਦੇ ਕੰਮ ਬਾਰੇ, ਖਾਣ ਪੀਣ ਬਾਰੇ, ਕੱਪੜਿਆਂ ਬਾਰੇ। ਗੱਲ ਕਿ ਜੋ ਕੁਝ ਵੀ ਉਹ ਸਾਗਰ ਬਾਰੇ ਪੁੱਛ ਸਕਦੀ ਸੀ ਉਹਨੇ ਪੁੱਛਿਆ। ਤੇ ਪ੍ਰੇਮ ਬੜੇ ਸਹਿਦ ਸੁਭਾਅ ਉੱਤਰ ਦਿੰਦਾ ਗਿਆ। ਗੱਲਾਂ-ਗੱਲਾਂ 'ਚ ਪ੍ਰੇਮ ਨੇ ਉਹਨੂੰ ਦੱਸਿਆ। ਸਾਗਰ ਨੇ ਉਸ ਲਈ 100 ਰੁਪਏ ਭੇਜੇ ਆ। ਭਾਵੇਂ ਸਾਗਰ ਨੇ ਪੂਰਾ 100 ਨਹੀਂ ਸੀ ਭੇਜਿਆ। ਇਸਟ ਪ੍ਰੇਮ ਨੇ ਕੁਝ ਆਪਣੇ ਕੋਲੋਂ ਵਧਾ ਦਿੱਤੇ ਸੀ ਇਹ ਸੋਚ ਕੇ ਵੀ ਉਹਦਾ ਹੌਸਲਾ ਵੱਧ ਜਾਏਗਾ ਪੈਸਿਆਂ ਦੀ ਗੱਲ ਸੁਣ ਕੇ ਬਿਸ਼ਨੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਉਹਨੂੰ ਆਪਣੇ ਪਤੀ ਦੀ ਕਹੀ ਗੱਲ ਯਾਦ ਆ ਗਈ ਉਦੋਂ ਸਾਗਰ ਹਾਲੇ ਪੰਜਾਂ ਵਰਿਆਂ ਦਾ ਸੀ ਬਹੁਤ ਸ਼ਰਾਰਤੀ ਹੁੰਦਾ ਸੀ ਇੱਕ ਦਿਨ ਬਿਸ਼ਨੀ ਨੇ ਗੁੱਸੇ ਚ ਆ ਕੇ ਕਿਹਾ ਇਸ ਮੁੰਡੇ ਨੂੰ ਕਦੇ ਅਕਲ ਵੀ ਆਏਗੀ ਕਿ ਸਾਰੀ ਉਮਰ ਸ਼ਰਾਰਤਾਂ ਹੀ ਕਰਦਾ ਰਹੇਗਾ ਤਾਂ ਬੰਤੇ ਨੇ ਚਾਹ ਨਾਲ ਸਾਗਰ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਕਿਹਾ ਸੀ ਤੂੰ ਦੇਖੀ ਬਿਸ਼ਨੀਏ ਮੇਰਾ ਪੁੱਤ ਕਿੰਨਾ ਕਮਾਊ ਨਿਕਲਦਾ ਹੈ ਆਪਣੇ ਬੁੱਢੇ ਬਾਰੇ ਇਹਨੇ ਕਿ ਸਾਨੂੰ ਕਮਾ ਕੇ ਖਿਲਾਉਣਾ ਹੈ ਅੱਜ ਉਹਦਾ ਪੁੱਤ ਕਮਾਊ ਬਣ ਗਿਆ ਉਹਦੀ ਪਹਿਲੀ ਕਮਾਈ ਘਰ ਆ ਗਈ ਪਰ ਇਹਦੇ ਸੁਪਨੇ ਲੈਣ ਵਾਲਾ ਉਸ ਕੋਲੋਂ ਇੰਨੀ ਦੂਰ ਚਲਾ ਗਿਆ ਇਹ ਖਿਆਲ ਆਉਂਦਿਆਂ ਹੀ ਬਿਸ਼ਨੀ ਦਾ ਦਿਲ ਭਾਰ ਆਇਆ ਉਹਦੀਆਂ ਅੱਖਾਂ 'ਚੋਂ ਅਥਰੂ ਵਹਿ ਤੁਰੇ ਨਹੀਂ ਕੁੜੀਏ ਇਹ ਤਾਂ ਖੁਸ਼ੀ ਦੀ ਗੱਲ ਹੈ ਤੇਰਾ ਸਾਗਰ ਅੱਜ ਜਵਾਨ ਹੋ ਗਿਆ ਹੈ ਕਮਾਊ ਬਣ ਗਿਆ ਤੂੰ ਅੱਖਾਂ ਪਰ ਲਈਆਂ ਕਮਲੀ ਨਾ ਹੋਵੇ ਤਾਂ ਨਹੀਂ ਬੇਬੇ ਇਹ ਤਾਂ ਖੁਸ਼ੀ ਦੇ ਹੰਝੂ ਹੈ ਐਵੇਂ ਸਾਗਰ ਦੇ ਬਾਪੂ ਦੀ ਯਾਦ ਆ ਗਈ ਬਿਸ਼ਨੀ ਨੇ ਅੱਖਾਂ ਪੂੰਝਦੀ ਨਹੀਂ ਕਿਹਾ ਇਹੋ ਜੇ ਵੇਲੇ ਇਦਾਂ ਦੀ ਬਦਸ਼ਗਣੀ ਨਹੀਂ ਕਰੀ ਦੀ ਤੇਰਾ ਸਾਗਰ ਰਾਜੀ ਖੁਸ਼ੀ ਰਹੇ ਸਭ ਕੁਝ ਠੀਕ ਹੋ ਜਾਏਗਾ ਤੂੰ ਦੇਖੀ ਤੇਰੇ ਇਸ ਘਰ ਚ ਜਿੱਥੇ ਅੱਜ ਤੇਰੇ ਸਬੰਧੀ ਪੈਰ ਪਾਉਣ ਤੋਂ ਡਰਦੇ ਐ ਇੱਕ ਦਿਨ رونਕਾਂ ਲੱਗ ਜਾਣੀਆਂ ਕਾਕਾ ਹੁਣ ਜਾਣਾ ਨਹੀਂ ਮੈਂ ਰੋਟੀ ਟੁੱਕ ਦਾ ਪ੍ਰਬੰਧ ਕਰਦੀ ਆਂ ਤੇ ਤੂੰ ਆਰਾਮ ਕਰ ਲੈ ਉੱਠਦੀ ਹੋਏ ਬਿਸ਼ਨੀ ਨੇ ਕਿਹਾ ਮਾਂ ਜੀ ਮੈਂ ਕਦੋਂ ਜਾਣ ਨੂੰ ਕਹਾਂ ਲ ਮੈਂ ਤਾਂ ਸ਼ਾਮ ਤੱਕ ਨਹੀਂ ਜਾਵਾਂਗਾ ਕਾਕਾ ਜਿੰਨਾ ਚਿਰ ਮਰਜੀ ਰਹੇ ਤੇਰਾ ਘਰ ਐ ਕੋਈ ਉਪਰੀ ਤਾਂ ਥੋੜਾ ਅਤੀ ਨੇ ਉੱਠਦੀ ਨੇ ਕਿਹਾ ਤੇ ਹੌਲੀ ਹੌਲੀ ਬਾਹਰ ਚਲੀ ਗਈ ਦੁਪਹਿਰ ਦੀ ਰੋਟੀ ਖਾਣ ਤੋਂ ਪਿਛੋਂ ਪ੍ਰੇਮ ਮੰਜੇ ਤੇ ਲੰਮਾ ਪੈ ਗਿਆ। ਅਸਮਾਨ ਤੇ ਬੱਦਲਵਾਈ ਛਾ ਗਈ ਜਿਸ ਨਾਲ ਗਰਮੀ ਕੁਝ ਘੱਟ ਹੋ ਗਈ। ਬਿਸ਼ਨੀ ਵੀ ਰਸੋਈ ਦਾ ਕੰਮ ਮੁਕਾ ਕੇ ਪ੍ਰੇਮ ਕੋਲ ਆ ਗਈ। ਪੀੜੀ ਤੇ ਬੈਠ ਗਈ। ਸਾਗਰ ਬਾਰੇ ਕਈ ਗੱਲਾਂ ਨੂੰ ਯਾਦ ਆ ਗਈਆਂ ਜੋ ਪ੍ਰੇਮ ਕੋਲੋਂ ਪੁੱਛਣਾ ਚਾਹੁੰਦੀ ਸੀ। ਉਧਰ ਪ੍ਰੇਮ ਵੀ ਚਾਹੁੰਦਾ ਸੀ ਕੋਈ ਚੰਗਾ ਮੌਕਾ ਵੇਖ ਕੇ ਅਸਲੀ ਗੱਲ ਛੇੜੇ। ਇਸ ਨਾਲੋਂ ਚੰਗਾ ਮੌਕਾ ਹੋਰ ਕਿਹੜਾ ਹੋ ਸਕਦਾ ਸੀ? ਕੋਈ ਉੱਪਰ ਬੰਦਾ ਵੀ ਘਰ ਹੈ ਨਹੀਂ ਸੀ ਤੇ ਬਿਸ਼ਨੀ ਦਾ ਸ਼ਾਮ ਤੱਕ ਦਾ ਕੰਮ ਵੀ ਖਤਮ ਹੋ ਚੁੱਕਾ ਸੀ ਇਸ ਮੌਕੇ ਦਾ ਲਾਭ ਉਠਾਣ ਲਈ ਪ੍ਰੇਮ ਨੇ ਗੱਲ ਸ਼ੁਰੂ ਕਰਤੀ ਮਾਂ ਜੀ ਇੱਕ ਬਹੁਤ ਹੀ ਜ਼ਰੂਰੀ ਕੰਮ ਲਈ ਤੁਹਾਡੇ ਕੋਲ ਆਇਆ ਮੈਂ ਇੱਕ ਮੁਸ਼ਕਲ 'ਚ ਫਸ ਗਿਆ ਤੁਹਾਡੀ ਸਹਾਇਤਾ ਨਾਲ ਹੀ ਮੈਂ ਉਸ ਮੁਸ਼ਕਲ ਨੂੰ ਹੱਲ ਕਰ ਸਕਦਾ ਬੇ ਪੁੱਤ ਮੈਂ ਕੀ ਕਰ ਸਕਦੀ ਹਾਂ ਮੈਂ ਕਿਸ ਜੋਗੀ ਹਾਂ ਕੁਝ ਕੁ ਚਿੰਤਾਤુર ਹੋ ਕੇ ਬਿਸ਼ਨੀ ਨੇ ਕਿਹਾ ਤੇ ਪ੍ਰੇਮ ਵੱਲ ਵੇਖਣ ਲੱਗ ਗਿਆ ਮਾਂ ਜੀ ਮੈਂ ਇਹ ਜਾਣਨ ਆਇਆ ਵੀ ਤੁਹਾਡੀ ਇੱਥੋਂ ਦੇ ਜੇਲ੍ਹਦਾਰਾਂ ਨਾਲ ਕਿਸ ਗੱਲੋਂ ਦੁਸ਼ਮਣੀ ਸ਼ੁਰੂ ਹੋਈ ਸੀ ਤੇ ਜੈਲਦਾਰਾਂ ਨੇ ਕਿਵੇਂ ਤੁਹਾਡੇ ਘਰ ਨੂੰ ਨੁਕਸਾਨ ਪਹੁੰਚਾਇਆ ਬਿਛਨੀ ਦੀਆਂ ਅੱਖਾਂ 'ਚ ਇੱਕਦਮ ਲਾਲੀ ਆ ਗਈ ਜਿਹੜੀ ਖੁਸ਼ੀ ਚਿਹਰੇ ਤੇ ਹੁਣ ਤੱਕ ਦੌੜਦੀ ਰਹੀ ਸੀ ਇੱਕਦਮ ਲੋਪ ਹੋ ਗਈ ਬਿਛਨੀ ਦੀਆਂ ਅੱਖਾਂ ਜੋ ਹੁਣ ਤੱਕ ਬੜੇ ਪਿਆਰ ਨਾਲ ਪ੍ਰੇਮਵਲ ਤੱਕਦੀਆਂ ਰਹੀਆਂ ਸੀ ਇੱਕਦਮ ਸ਼ੱਕੀ ਹੋ ਗਈਆਂ ਕਈ ਖਿਆਲ ਇੱਕ ਛਿੰਝ 'ਚ ਉਹਦੇ ਦਿਮਾਗ 'ਚ ਲੰਘ ਗਏ ਕਿ ਇਹ ਸੱਚ ਸਾਗਰ ਦਾ ਦੋਸਤ ਹੈ ਕਿ ਸਾਗਰ ਜੈਲਦਾਰਾਂ ਦੇ ਪੰਜੇ 'ਚ ਤਾਂ ਨਹੀਂ ਫਸ ਗਿਆ ਫੇਰ ਕੁਝ ਸੰਭਲ ਕੇ ਕਹਿਣ ਲੱਗੀ ਤੂੰ ਕੀ ਲੈਣਾ ਕਾਕਾ ਇਹਨਾਂ ਗੱਲਾਂ ਤੋਂ ਮਾਂ ਜੀ ਮੈਨੂੰ ਗਲਤ ਨਾ ਸਮਝਣਾ ਸਾਡੀ ਜ਼ੈਲਦਾਰਾਂ ਦੇ ਘਰ ਰਿਸ਼ਤੇਦਾਰੀ ਵੀ ਹੈ ਮੇਰੀ ਉਹਨਾਂ ਦੇ ਘਰ ਓਣੀ ਜਾਣੀ ਵੀ ਹੈ ਪਰ ਸਭ ਤੋਂ ਪਹਿਲਾਂ ਮੈਂ ਸਾਗਰ ਦਾ ਦੋਸਤ ਹਾਂ ਨਹੀਂ ਕਾਕਾ ਮੈਂ ਤੈਨੂੰ ਕੀ ਗਲਤ ਸਮਝਣਾ ਹੈ ਜਦੋਂ ਸਾਡੀ ਆਪਣੀ ਕਿਸਮਤ ਮਾੜੀ ਹੈ ਤਾਂ ਦੂਜੇ ਨੂੰ ਦੋਸ਼ ਦੇਣ ਦਾ ਕੀ ਫਾਇਦਾ ਜੋ ਹੋ ਗਿਆ ਹੋ ਗਿਆ ਉਹਨੂੰ ਘੜੀ-ਮੁੜੀ ਯਾਦ ਕਰਨ ਦਾ ਕੀ ਲਾਭ ਹੈ ਇਸ ਨਾਲ ਕਿਤੇ ਸਾਡੇ ਲੇਖ ਤੋਂ ਧੋ ਹੋ ਜਾਣੇ ਨੇ ਬਿਸ਼ਨੀ ਨੇ ਬੇਆਸਰੀ ਹੋ ਕੇ ਕਿਹਾ ਤੇ ਇੱਕ ਹੌਕਾ ਉਹਦੀ ਹਿੱਕ ਚੋਂ ਨਿਕਲ ਗਿਆ मां जी ਇਹ ਤਾਂ ਠੀਕ ਹੈ ਪਿਛਲੀਆਂ ਗੱਲਾਂ ਨੂੰ ਯਾਦ ਕਰਨ ਨਾਲ ਕੁਝ ਬਣਦਾ ਨਹੀਂ ਪਰ ਤੁਸੀਂ ਤਾਂ ਸਿਆਣੇ ਹੋ ਸਭ ਕੁਝ ਨੂੰ ਭੁਲਾ ਸਕਦੇ ਹੋ ਸਾਗਰ ਦੀ ਹਾਲਾਂ ਚੜਦੀ ਜਵਾਨੀ ਹੈ ਉਹਦੇ ਖੂਨ 'ਚ ਜੋਸ਼ ਵੀ ਹੈ ਉਹ ਇਸ ਗੱਲ ਨੂੰ ਨਹੀਂ ਭੁਲਾ ਸਕਦਾ ਜੇ ਉਹਨੂੰ ਸਹੀ ਰਾਹ ਤੇ ਨਾ ਪਾਇਆ ਗਿਆ ਤੇ ਪਤਾ ਨਹੀਂ ਇਹ ਜੋਸ਼ ਜਾ ਕੇ ਕਦੋਂ ਕੀ ਕਰ ਬੈਠੇ ਇਹਦਾ ਮੈਨੂੰ ਡਰ ਹੈ ਕੀ ਕੀਤਾ ਮੇਰੇ ਸਾਗਰ ਨੇ ਚਿੰਤਾ ਨਾਲ ਉਤਾਵਲੀ ਹੋ ਕੇ ਬਿਸ਼ਨੀ ਨੇ ਕਿਹਾ ਹਾਲੇ ਤਾਂ ਕੁਝ ਨਹੀਂ ਕੀਤਾ ਪਰ ਕਈ ਵਾਰ ਜਦੋਂ ਉਹਨੂੰ ਜ਼ੈਲਦਾਰਾਂ ਦਾ ਚੇਤਾ ਆਉਂਦਾ ਉਹਦਾ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ ਉਹਦੀ ਅੱਖਾਂ 'ਚ ਖੂਨ ਉਤਰ ਆਉਂਦਾ ਹੈ ਹਾਏ ਰੱਬਾ ਮੈਂ ਕੀ ਕਰਾਂ ਇਸ ਛੋਕਰੇ ਨੂੰ ਬਹੁਤ ਸਮਝਾਇਆ ਮੈਂ ਸਮਝਾਇਆ ਸ਼ਹਿਰ ਜਾ ਕੇ ਇਹਦਾ ਮਨ ਕੇ ਤੇ ਹੋਰ ਪੈ ਜਾਏਗਾ ਪਰ ਉੱਥੇ ਵੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ ਰੱਬਾ ਕਿਹੜੇ ਜਨਮ ਦਾ ਬੈਰ ਤੂੰ ਮੇਰੇ ਕੋਲੋਂ ਲੈਣਾ ਹੈ ਪਤਾ ਨਹੀਂ ਹੋਰ ਕੀ ਕੁਝ ਦੇਖਣਾ ਇਸ ਚੰਦਰੀ ਜਾਨ ਨੇ ਬਿਸ਼ਨੀ ਅੱਖਾਂ ਪੁੰਜਣ ਲੱਗ ਪਈ ਮਾਂ ਜੀ ਇੰਜ ਦਿਲ ਥੋੜਾ ਕਰਨ ਨਾਲ ਕੁਝ ਨਹੀਂ ਬਣੇਗਾ ਮੈਂ ਸਾਗਰ ਨੂੰ ਹੌਲੀ ਹੌਲੀ ਸਮਝਾ ਕੇ ਉਹਦਾ ਦਿਲ ਦੂਜੇ ਪਾਸੇ ਲਾ ਸਕਦਾ ਜੇ ਜ਼ੈਲਦਾਰਾਂ ਨੇ ਸੱਚਮੁੱਚ ਤੁਹਾਡੇ ਨਾਲ ਬੇਇਨਸਾਫੀ ਕੀਤੀ ਹੈ ਤਾਂ ਮੈਂ ਇਹਦੀ ਸਜ਼ਾ ਉਹਨਾਂ ਨੂੰ ਜ਼ਰੂਰ ਦਿਵਾਵਾਂਗਾ ਪਰ ਮੂਰਖਪੁਣੇ ਨਾਲ ਨਹੀਂ ਸਗੋਂ ਚੰਗੇ ਢੰਗ ਨਾਲ ਜਿਸ ਨਾਲ ਸਾਗਰ ਬਦਲਾ ਵੀ ਲੈ ਸਕੇ ਤੇ ਉਸ ਉੱਤੇ ਕੋਈ ਆਂਚ ਵੀ ਨਾ ਆਵੇ ਹੋਰ ਕੀ ਬੇਇਨਸਾਫੀ ਕਰਨੀ ਇਹਨਾਂ ਨਿੱਜ ਹੋਏਆਂ ਜ਼ੈਲਦਾਰਾਂ ਨੇ ਸਾਡੇ ਨਾਲ ਮੇਰਾ ਸਭ ਕੁਝ ਤਾਂ ਸਾੜ ਫੂਕ ਸੁਟਿਆ ਪਰ ਮਾਂਜੀ ਪਤਾ ਵੀ ਲੱਗੇ ਅਸਲ ਗੱਲ ਕੀ ਹੋਈ ਸੀ ਕਿਵੇਂ ਹੋਈ ਸੀ ਇਹ ਕੋਈ ਦੱਸਣ ਵਾਲੀ ਗੱਲ ਹੈ ਮੈਂ ਤਾਂ ਅਜੇ ਤੱਕ ਉਸ ਫੁੱਟੇ ਮੂੰਹ ਵਾਲੀ ਕ ਲਫ਼ਜ਼ ਤੱਕ ਨਹੀਂ ਕਿਹਾ ਫਿਰ ਵੀ ਸਾਰੇ ਪਿੰਡ ਦੇ ਜਾਣਦੇ ਅਸੀਂ ਤਾਂ ਕਿਤੇ ਮੂੰਹ ਦੇਣ ਜੋਗੇ ਵੀ ਨਹੀਂ ਮੁੰਡੇ ਨੂੰ ਗੁੱਸਾ ਨਾ ਆਵੇ ਤਾਂ ਕੀ ਕਰੇ ਮਾਂ ਜੀ ਮੇਰੇ ਤੇ ਪੂਰਾ ਵਿਸ਼ਵਾਸ ਰੱਖੋ ਜੋ ਕੁਝ ਵੀ ਹੋਏਗਾ ਮੇਰੇ ਦਿਲ 'ਚ ਹੀ ਰਹੇਗਾ ਮੈਂ ਤਾਂ ਅਸਲੀਅਤ ਜਾਣ ਕੇ ਸਾਗਰ ਨੂੰ ਸਹੀ ਰਾਹ ਤੇ ਲਾਉਣਾ ਚਾਹੁੰਦਾ ਜੇ ਮੈਨੂੰ ਸਾਰੀ ਗੱਲ ਦਾ ਪਤਾ ਨਾ ਲੱਗਿਆ ਤਾਂ ਮੈਂ ਕਿਵੇਂ ਸਾਗਰ ਨੂੰ ਸਮਝਾ ਸਕਦਾ ਜਦੋਂ ਤੁਸੀਂ ਮੈਨੂੰ ਆਪਣੇ ਪੁੱਤਰ ਸਮਾਨ ਸਮਝਿਆ ਤਾਂ ਤੁਹਾਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦੇਣੀ ਚਾਹੀਦੀ ਹੈ ਮੈਂ ਜਿਵੇਂ ਵੀ ਹੋਵੇ ਤੁਹਾਨੂੰ ਜ਼ਰੂਰ ਇਨਸਾਫ਼ ਦੁਆਨ ਚ ਤੁਹਾਡੀ ਪੂਰੀ-ਪੂਰੀ ਸਹਾਇਤਾ ਕਰਾਂਗਾ ਪ੍ਰੇਮ ਨੇ ਪੂਰਾ ਯਕੀਨ ਦਵਾਉਂਦਿਆਂ ਕਿ ਕੁਝ ਚਿਰ ਲਈ ਬਿਛਨੀ ਸੋਚਾਂ ਚ ਪੈ ਗਈ ਵੀ ਉਹ ਕਿਸ ਇਹਨੂੰ ਦੱਸੇ ਕਿ ਨਾ ਫਿਰ ਇਹ ਸੋਚ ਕੇ ਕਿ ਸ਼ਾਇਦ ਇਹਦੇ ਦੱਸਣ ਨਾਲ ਕੁਝ ਚੰਗਾ ਹੋ ਜੇ ਨਾਲੇ ਲੁਕੋ ਕਿਹੜੀ ਗੱਲ ਦਾ ਰਹਿ ਗਿਆ ਸਾਰੇ ਪਿੰਡ ਨੂੰ ਤਾਂ ਪਤਾ ਹੀ ਹੈ ਐਵੇਂ ਮੂੰਹ ਤੇ ਕੋਈ ਨਹੀਂ ਕਹਿੰਦਾ ਪਿੱਠ ਪਿੱਛੇ ਤਾਂ ਪਤਾ ਨਹੀਂ ਕਿੰਨੀਆਂ ਗੱਲਾਂ ਕਰਦੇ ਹੋਣਗੇ ਲੋਕੇ ਬਿਸ਼ਨੀ ਨੇ ਕਹਿਣਾ ਸ਼ੁਰੂ ਕੀਤਾ ਕਾਕਾ ਜਿਹੜੀ ਜ਼ਮੀਨ ਹੈ ਇਹਨੇ ਜੱਟਾਂ ਦੇ ਘਰ ਚ ਫਸਾਦ ਪਾਈ ਹੈ ਕਿਸਾਨਾਂ ਨੂੰ ਕਿਸੇ ਕੰਢੇ ਨਹੀਂ ਲੰਗਣ ਲੱਗਣ ਦਿੰਦੀ ਕਿ ਤੁਹਾਡੀ ਕੁਝ ਜ਼ਮੀਨ ਵੀ ਹੈ ਹਾਂ ਹੈ ਸੀ ਥੋੜੀ ਜੀ ਪਰ ਨਾ ਹੋਇਆ ਬਰਾਬਰ ਤੇ ਹੁਣ ਵੇਚਤੀ ਨਹੀਂ ਜੇ ਸ਼ਾਇਦ ਵੇਚ ਦਿੰਦੇ ਤਾਂ ਨੌਬਤ ਇੱਥੋਂ ਤੱਕ ਨਾ ਪੁੱਜਦੀ ਗੱਲ ਤਾਂ ਹੀ ਵਿਗੜੀ ਜਦੋਂ ਸਾਗਰ ਦੇ ਬਾਪੂ ਨੇ ਵੇਚਣ ਤੋਂ ਇਨਕਾਰ ਕਰਤਾ ਤੇ ਫਿਰ ਉਹ ਜ਼ਮੀਨ ਕਿੱਥੇ ਗਈ ਜਾਣੀ ਕਿੱਥੇ ਹੈ ਬੇਰਾਨ ਪਈ ਹੈ ਕੋਈ ਆਧ ਭੌਲੀ ਤੇ ਵੀ ਵਾਣ ਨੂੰ ਤਿਆਰ ਨਹੀਂ ਹੁੰਦਾ ਸਾਰੇ ਜ਼ੈਲਦਾਰਾਂ ਤੋਂ ਡਰਦੇ ਆ ਪਰ ਜ਼ਮੀਨ ਤਾਂ ਤੁਹਾਡੀ ਆ ਜਿਹਨੂੰ ਦਿਲ ਕਰਦਾ ਵਾਣ ਨੂੰ ਦਿਓ ਜ਼ੈਲਦਾਰਾਂ ਨੂੰ ਇਸ ਟ ਕੀ ਇਤਰਾਜ਼ ਹੈ ਇਤਰਾਜ਼ ਕਾ ਦਾ ਕਹਿੰਦੇ ਨੇ ਜ਼ੋਰਾਵਰ ਦਾ ਸੱਤੀ ਵੀ ਹੀ 100 ਹੁੰਦਾ ਜਿਨ੍ਹਾਂ ਨੂੰ ਕਿਸਮਤ ਹੀ ਹਾਰ ਦੇ ਦੇਵੇ ਉਹਨਾਂ ਨੂੰ ਬੰਦੇ ਕਦੋਂ ਜਿਉਣ ਦਿੰਦੇ ਨੇ ਸਾਡੀ ਜਦੀ ਜ਼ਮੀਨ 12 ਕਨਾਲ ਬਣਦੀ ਸੀ ਪਹਿਲਾਂ ਤਾਂ ਤਿੰਨੀ ਥਾਂ ਹੀ ਸੀ ਪਰ ਪਿੱਛੋਂ ਜਦੋਂ ਮਰਬੇਬੰਦੀ ਹੋਈ ਸਾਰੀ ਇਕ ਥਾਂ ਹੋ ਗਈ ਸਾਗਰ ਦੇ ਬਾਪੂ ਨੂੰ ਬਹੁਤੀਆਂ ਲੰਮੀਆਂ ਚੌੜੀਆਂ ਗੱਲਾਂ ਦਾ ਪਤਾ ਨਹੀਂ ਸੀ ਸਾਡੀ ਜ਼ਮੀਨ ਦੇ ਚਾਹੀ ਪਾਸੀ ਜ਼ੈਲਦਾਰਾਂ ਨੇ ਰਕਬਾ ਕਟਵਾ ਲਿਆ ਪਹਿਲਾਂ ਤਾਂ ਪਟਵਾਰੀ ਕਹਿੰਦਾ ਸੀ ਸਾਨੂੰ ਜ਼ਮੀਨ ਲਈ ਰਾਹ ਮਿਲ ਜਾਏਗਾ ਪਿੱਛੋਂ ਪਤਾ ਨਹੀਂ ਜ਼ੈਲਦਾਰ ਨੇ ਪਟਵਾਰੀ ਨੂੰ ਕੀ ਗੁੜਤੀ ਦਿੱਤੀ ਉਹਨੇ ਸਾਡੀ ਜ਼ਮੀਨ ਨੂੰ ਕੋਈ ਰਾਹ ਨਾ ਛੱਡਿਆ ਸਾਡੀ ਜ਼ਮੀਨ ਜ਼ੈਲਦਾਰਾਂ ਦੇ ਘੇਰੇ ਚਾਂਗੇ ਜ਼ੈਲਦਾਰਾਂ ਨੇ ਸਾਡੇ ਪਸ਼ੂ ਆਪਣੇ ਖੇਤਾਂ 'ਚੋਂ ਲੰਘਣੋਂ ਬੰਦ ਕਰਤੇ। ਜ਼ੈਲਦਾਰਾਂ ਦੀ ਮਿੰਨਤ ਸਮਾਤ ਕੀਤੀ, ਕੁਝ ਇੱਕ ਬੰਦਿਆਂ ਨੂੰ ਲੈ ਕੇ ਉਹਨਾਂ ਕੋਲ ਗਏ। ਉਹਨਾਂ ਅੱਗੇ ਉਹ ਕਹੇ ਵੀ ਉਹ ਸਾਨੂੰ ਆਪਣੀ ਜ਼ਮੀਨ 'ਚੋਂ ਰਾਹ ਨਹੀਂ ਦੇ ਸਕਦੇ ਪਰ ਸਾਡੀ ਜ਼ਮੀਨ ਖਰੀਦਣ ਨੂੰ ਤਿਆਰ ਹੈ। ਇਹ ਆਪਣੇ ਪੁਰਖਿਆਂ ਦੀ ਜਾਇਦਾਦ ਨੂੰ ਵੇਚਣ ਲਈ ਤਿਆਰ ਨਾ ਹੋਏ ਤੇ ਲੋਹੇ ਲਾਖੇ ਹੋ ਕੇ ਘਰ ਆ ਗਏ ਤੇ ਇੱਕ ਰਿਸ਼ਤੇਦਾਰ ਨੂੰ ਨਾਲ ਲੈ ਕੇ ਉੱਪਰਲੇ ਅਫਸਰ ਨੂੰ ਵੀ ਮਿਲੇ। ਉਹਨੇ ਵੀ ਗੱਲਬਾਤੀ, ਸ਼ਾਦੀ ਦਵਾਈ ਵੀ ਉਹ ਰਾਹ ਲੈ ਦੇਗਾ ਪਰ ਕੀਤਾ ਕੁਝ ਨਾ। ਸਾਗਰ ਦਾ ਬਾਪੂ ਇੱਕ ਇੱਕ ਪਸ਼ੂ ਕਰਕੇ ਬੰਨੇ ਉੱਤੇ ਵੀ ਉੱਤੇ ਦੀ ਵਲਾ ਪਾ ਕੇ ਵੇਲੇ ਇੱਕ ਵੇਲੇ ਮਾੜੀ ਮੋਟੀ ਬਹਾਈ ਕਰਦਾ ਪਰ ਫਸਲ ਕਿਸੇ ਚੱਜ ਹਾਲ ਨਾਲ ਨਾ ਹੁੰਦੀ ਮੈਂ ਕਈ ਵੇਰਾਂ ਕਿਹਾ ਵੀ ਆਪਾਂ ਜ਼ਮੀਨ ਵੇਚ ਦਈਏ ਕੀ ਫਾਇਦਾ ਜ਼ਮੀਨ ਦਾ ਐਵੇਂ ਫਸਾਦ ਹੈ ਪਰ ਉਹ ਨਾ ਮੰਨੇ ਕਹਿੰਦੇ ਅੜਿੱਕੇ ਨਾਲ ਜ਼ੈਲਦਾਰ ਸਾਡੀ ਜ਼ਮੀਨ ਕੋਡੀਆਂ ਦੇ ਭਾਅ ਲੈਣੀ ਚਾਹੁੰਦੇ ਆ ਕਾਕਾ ਤੈਨੂੰ ਪਤਾ ਹੈ ਕਿਹੜਾ ਕਿਸਾਨ ਆਪਣੀ ਜ਼ਮੀਨ ਮੁਫਤ ਚ ਦਿੰਦਾ ਹੈ ਜੇ ਕੋਈ ਧੱਕੇ ਨਾਲ ਲੈਣੀ ਚਾਹੇ ਤਾਂ ਵੀ ਕੋਈ ਕਿਸਾਨ ਨਹੀਂ ਦਿੰਦਾ ਭਾਵੇਂ ਉਹ ਕਿੰਨਾ ਮਾੜਾ ਹੋਵੇ ਪ੍ਰੇਮ ਨੇ ਸ਼ਾਦੀ ਕਰ ਦਿਆਂ ਕਿਆ ਨਿਤ ਦਿਹਾੜੀ ਉਹਨਾਂ ਦਾ ਮੁੰਡਾ ਜੀਤੂ ਧੀ ਭੈਣ ਦੀਆਂ ਗਾਲਾਂ ਦਿੰਦਾ ਉਹ ਕਦੇ ਅੱਗੇ ਹੂ ਹਾਂ ਨਾ ਕਹਿੰਦੇ ਅਖੀਰ ਉਸ ਬੁੱਚੜ ਦਾੰਤ ਨੇ ਉਹੀ ਕੀਤਾ ਜਿਸ ਤੋਂ ਮੈਂ ਹਰ ਵੇਲੇ ਡਰਦੀ ਰਹਿੰਦੀ ਸੀ ਬਿਛਨੀ ਦੇ ਹੰਝੂ ਉਹਦੇ ਕਾਬੂ ਤੋਂ ਬਾਹਰ ਹੋ ਗਏ ਤਰਪ ਤਰਪ ਪੂੰਜੇ ਡਿੱਗਣ ਲੱਗੇ ਸਾਗਰ ਛੁੱਟੀਆਂ 'ਚ ਆਪਣੇ ਮਾਮੇ ਕੋਲ ਗਿਆ ਸੀ ਮੇਰੀ ਸਿਹਤ ਕੁਝ ਠੀਕ ਨਹੀਂ ਸੀ ਮੇਰੀ ਧੀ ਜੋ ਸਾਗਰ ਨਾਲੋਂ 4 ਸਾਲ ਵੱਡੀ ਸੀ ਆਪਣੇ ਬਾਪੂ ਦੀ ਰੋਟੀ ਲੈ ਕੇ ਗਈ ਉਸ ਜੀਤੂ ਪਾਪੀ ਨੇ ਉਹਨੂੰ ਰਾਹ 'ਚ ਚੁੱਕ ਲਿਆ ਬਿਛਨੀ ਦੀਆਂ ਪੁੱਭਾਂ ਨਿਕਲ ਗਈਆਂ ਉਹਨੇ ਦੁਪੱਟਾ ਆਪਣੇ ਮੂੰਹ ਅੱਗੇ ਦੇ ਲਿਆ ਅੱਗੋਂ ਕੁਝ ਨਾ ਕਹਿ ਸਕੇ ਪ੍ਰੇਮ ਵੀ ਬੁੱਤ ਬਣ ਕੇ ਬੈਠਾ ਰਿਹਾ ਉਹਨੂੰ ਸਮਝ ਨਹੀਂ ਸੀ ਆਉਂਦੀ ਜਿਸ ਮਾਂ ਦੀ ਜਵਾਨ ਧੀ ਤੇ ਇੰਨਾ ਜ਼ੁਲਮ ਹੋਇਆ ਹੋਵੇ ਉਸ ਮਾਂ ਨੂੰ ਕੀ ਕਹਿ ਕੇ ਠਿਰਜ ਦਵਾਵੇ ਪ੍ਰੇਮ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਕੁਝ ਚਿਰ ਲਈ ਚੁੱਪ ਵਰਤ ਗਈ ਬਿਛਨੀ ਨੇ ਅੱਖਾਂ ਪੁੰਝੀਆਂ ਆਪਣੇ ਆਪ ਤੇ ਕਾਬੂ ਪਾਇਆ ਜਦੋਂ ਉਹਨੇ ਪ੍ਰੇਮ ਦੀਆਂ ਅੱਖਾਂ 'ਚ ਹੰਝੂ ਦੇਖੇ ਤਾਂ ਉਹਨੂੰ ਕੁਝ ਠਿਰਜ ਆ ਗਿਆ ਤੇ ਵਿਸ਼ਵਾਸ ਹੋਣ ਲੱਗਾ ਕਿ ਗੱਭਰੂ ਉਹਦੀ ਦੁੱਖ ਭਰੀ ਆਤਮ ਕਥਾ ਸੁਣ ਕੇ ਦੂਜਿਆਂ ਵਾਂਗ ਮੁਖੌਲ ਨਹੀਂ ਉਡਾਏਗਾ ਤੇ ਉਹਨੇ ਆਪਣੀ ਰਹਿੰਦੀ ਖੁੰਦੀ ਸ਼ਕਤੀ ਨੂੰ ਇਕੱਠਿਆਂ ਕਰਕੇ ਫੇਰ ਕਿਹਾ ਪੂਰੇ 3 ਦਿਨ ਮੇਰੀ ਕੁੜੀ ਦਾ ਕੋਈ ਪਤਾ ਨਾ ਲੱਗਾ ਅਸੀਂ ਦੋਵੇਂ ਜੇਲਦਾਰ ਦੇ ਘਰ ਗਏ ਜੇਲਦਾਰ ਦੇ ਪੈਰੀਂ ਪੱਗ ਰੱਖੀ ਉਹਦੇ ਹਾੜੇ ਕੱਢੇ ਉਹਨੂੰ ਆਪਣੀ ਧੀ ਦੇ ਪੱਤ ਬਦਲੇ ਸਾਰੀ ਜ਼ਮੀਨ ਵੀ ਦੇਣ ਨੂੰ ਕਹਿਤਾ ਪਰ ਉਸ ਚੰਡਾਲ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਪਿੰਡ ਚੋਂ ਕੋਈ ਸਾਡੇ ਨਾਲ ਤੁਰਨ ਨੂੰ ਤਿਆਰ ਨਾ ਹੋਇਆ ਮਾੜੇ ਨਾਲ ਕੌਣ ਤੁਰਦਾ ਸਾਰੇ ਜੋਰਾਵਰ ਦੇ ਲਾਗੂ ਹੁੰਦੇ ਆ ਦੋਹਾਂ ਨੇ ਤਿੰਨ ਦਿਨ ਨਾ ਕੁਝ ਪਕਾਇਆ ਨਾ ਖਾਦਾ ਸਾਗਰ ਦਾ ਮਾਮਾ ਉਹਨੂੰ ਨਾਲ ਲੈ ਕੇ ਗਿਆ ਜੋ ਵੀ ਜੋ ਵੀ ਕੁਝ ਤਕੜਾ ਹੁੰਦਾ ਤਾਂ ਸਾਨੂੰ ਆਸਰਾ ਹੋ ਜਾਂਦਾ ਪਰ ਉਹ ਵੀ ਬਿਮਾਰੀ ਨੇ ਖਾਦਾ ਹੋਇਆ ਸੀ ਤੀਜੇ ਦਿਨ ਜਾ ਕੇ ਮ੍ਰਿਤਿ ਦੀ লাশ ਇੱਕ ویرਾਨ ਖੂਹ ਚੋਂ ਲੱਭੀ ਜਦੋਂ লাশ ਨੂੰ ਕੱਢ ਕੇ ਲਿਆਂਦਾ ਪਤਾ ਨਹੀਂ ਉਸੇ ਘੜੀ ਪੁਲਿਸ ਕਿੱਥੋਂ ਆ ਗਈ ਜਿਵੇਂ ਇਸੇ ਉਡੀਕ ਸੀ ਕਦ ਕਦੋਂ লাশ ਘਰ ਆਉਂਦੀ ਹੈ ਇੱਕ ਦਿਨ ਪਹਿਲਾਂ ਅਸੀਂ ਥਾਣੇ ਗਏ ਉਹਨਾਂ ਸਾਨੂੰ ਇਹ ਕਹਿ ਕੇ ਬਾਹਰ ਕੱਢਤਾ ਵੀ ਜਾਓ ਜਾ ਕੇ ਰਿਸ਼ਤੇਦਾਰਾਂ ਦੇ ਲੱਭੋ ਹੋਰ ਇਹੋ ਜੀ ਗੱਲ ਵੀ ਕਹੀ ਜੋ ਕੋਈ ਆਪਣੀ ਧੀ ਲਈ ਸੁਣ ਨਹੀਂ ਸਕਦੀ ਪ੍ਰੇਮ ਨੇ ਸਿਰ ਹਿਲਾਇਆ ਮੈਨੂੰ ਪਤਾ ਹੈ ਉਹਨਾਂ ਕੀ ਕਿਹਾ ਹੋਵੇਗਾ ਹੋਰ ਇਸ ਪੁਲਿਸ ਕੋਲੋਂ ਆਸ ਵੀ ਕੀ ਰੱਖੀ ਜਾ ਸਕਦੀ ਹੈ ਦੋ ਦਿਨ ਪੁਲਿਸ ਨੇ ਸਾਨੂੰ লাশ ਨਾ ਦਿੱਤੀ ਜਿਹੜੇ ਚਾਰ ਪੈਸੇ ਘਰ ਸੀ ਕੁਝ ਗਹਿਣੇ ਸੀ ਉਹ ਸਾਰੇ ਪੁਲਿਸ ਦੀ ਭੇਟ ਚੜ ਗਏ ਤਾਂ ਜਾ ਕੇ ਕੁੜੀ ਦੀ লাশ ਘਰ ਲਿਆਂਦੀ ਉਹਨੂੰ ਦਾਗ ਦਿੱਤਾ ਇਹ ਥੀ ਸਾਡਾ ਛੁਟਕਾਰਾ ਹੋ ਜਾਂਦਾ ਤਾਂ ਵੀ ਸ਼ਾਇਦ ਸਾਡਾ ਕੁਝ ਬਚਾਅ ਹੋ ਜਾਂਦਾ ਦਾਗ ਦੇਣ ਤੋਂ ਦੂਜੇ ਦਿਨ ਪੁਲਿਸ ਨੇ ਪਿੰਡ ਆ ਕੇ ਛਾਉਣੀ ਪਾ ਲਈ ਸਾਗਰ ਦੇ ਬਾਪੂ ਨੂੰ ਕਹਿਣ ਲੱਗੇ ਕੁੜੀ ਨੂੰ ਉਹਨੇ ਮਰਿਆ ਮਾਰਿਆ ਸਾਨੂੰ ਵੀ ਸੱਦ ਕੇ ਪੁਲਿਸ ਨੇ ਸਾਰਾ ਦਿਨ ਬਠਾਲ ਛੱਡਿਆ ਭਰੀ ਪੰਚਾਇਤ ਚੋਂ ਕਿਸੇ ਨੇ ਫੁੱਟੇ ਮੂੰਹ ਨਾਲ ਥਾਣੇਦਾਰ ਨੂੰ ਇਹ ਨਾ ਪੁੱਛਿਆ ਕਿ ਕੋਈ ਆਪਣੀ ਜਵਾਨਤੀ ਨੂੰ ਕਿਵੇਂ ਮਾਰ ਸਕਦਾ ਸਾਰੇ ਪਿੰਡ ਦੇ ਸਾਹਮਣੇ ਥਾਣੇਦਾਰ ਨੇ ਸਾਗਰ ਦੇ ਬਾਪੂ ਨੂੰ ਮਾਰ ਮਾਰ ਕੇ ਅਧਮ ਹੋਇਆ ਕਰ ਸੋਟਿਆ ਥਾਣੇਦਾਰੋਂ ਨੂੰ ਇਹ ਮਨਾਉਣ ਤੇ ਜ਼ੋਰ ਦਿੰਦਾ ਰਿਹਾ ਵੀ ਕੁੜੀ ਨੂੰ ਉਹ ਸਾਪ ਮਾਰਿਆ। ਇੱਕ ਧੀ ਦਾ ਧੀ ਦੀ ਮੌਤ ਦਾ ਦੁੱਖ ਦੂਜੇ ਕਹਿਰਾਂ ਦਾ ਪੁਲਿਸ ਦਾ ਜ਼ੁਲਮ ਦੇਖ ਦੇ ਕੇ ਸੀਨੇ 'ਚ ਲਾਟਾਂ ਵੱਲਦੀਆਂ ਸੀ। ਪਤਾ ਨਹੀਂ ਰੱਬ ਕਿੱਥੇ ਬੈਠਾ ਹੈ ਸਭ ਕੁਝ ਦੇਖ ਕੇ ਜਰਦਾ ਰਿਹਾ। ਕਿਹੜਾ ਆਦਮੀ ਹੈ ਜੋ ਇੰਨੇ ਦੁੱਖ ਵੇਲੇ ਇੰਨੀ ਬੇਇੱਜ਼ਤੀ ਝੱਲ ਸਕਦਾ ਸੀ। ਪੰਚਾਇਤ ਦਾ ਮੋਰੀ ਆਪ ਜ਼ੈਲਦਾਰ ਸੀ। ਸਾਗਰ ਦੇ ਪਿਓ ਨੂੰ ਕੌਣ ਛਡਵਾਉਂਦਾ? ਕਈਆਂ ਨੇ ਕਿਹਾ ਜੇ ਕੁੱਟ ਤੋਂ ਬਚਣਾ ਤੇ ਥਾਣੇਦਾਰ ਨੂੰ ਕੁਝ ਚੜਾਵਾ ਚੜਾ ਦਿਓ। ਪਰ ਚੜਾਵਾ ਮੈਂ ਕਿੱਥੋਂ ਚੜਾਉਂਦੀ ਜੋ ਕੁਝ ਘਰ ਸੀ ਉਹ ਤਾਂ ਪਹਿਲਾਂ ਹੀ ਪੁਲਿਸ ਅਜ਼ਮ ਕਰ ਚੁੱਕੀ ਸੀ ਰਾਤ ਨੂੰ ਟੱਟੀ ਦੇ ਬਹਾਨੇ ਸਾਗਰ ਦਾ ਬਾਪੂ ਪੁਲਿਸ ਕੋਲੋਂ ਉੱਠ ਕੇ ਗਿਆ ਜਾਂਦੇ ਨੇ ਖੂਚ ਛਾਲ ਮਾਰਤੀ ਕੌਣ ਜੀ ਸਕਦਾ ਸੀ ਇੰਨੀ ਬੇਇੱਜ਼ਤੀ ਦੀ ਜ਼ਿੰਦਗੀ ਇਸੇ ਤਰ੍ਹਾਂ ਇੱਕ ਹਫ਼ਤੇ ਦੇ ਅੰਦਰ ਮੇਰਾ ਹੱਸਦਾ ਵੇੜਾ ਬਰਾਨ ਹੋ ਗਿਆ ਮੇਰਾ ਤਾਂ ਸਭ ਕੁਝ ਲੁੱਟ ਗਿਆ ਬਿਸ਼ਮੀ ਦੇ ਹੰਝੂ ਫੇਰ ਵਗ ਤੁਰੇ ਪਰ ਉਹਨੇ ਉਹਨਾਂ ਨੂੰ ਪੂੰਝਣ ਦਾ ਯਤਨ ਨਾ ਕੀਤਾ ਉਹ ਤਾਂ ਦੇਖ ਰਹੀ ਸੀ ਵੇੜੇ ਦੇ ਉਸ ਥਾਂ ਨੂੰ ਜਿੱਥੇ ਉਹਦੀ ਸੋਨੇ ਵਰਗੀ ਲਾਡਾਂ ਨਾਲ ਪਾਲੀ ਹੀ ਦੀ লাশ ਪਈ ਸੀ ਫਿਰ ਕੁਝ ਦਿਨਾਂ ਦੇ ਵਿੱਚ ਤੇ ਪਤੀ ਨੂੰ ਲੰਮਿਆਂ ਪਾਤਾ ਉਹਨੂੰ ਅੱਜ ਵੀ ਉਹ ਲਾਸ਼ਾਂ ਉਸੇ ਤਰ੍ਹਾਂ ਸੱਜਰੀਆਂ ਦਿਸਦੀਆਂ ਜਿਵੇਂ 5 ਸਾਲ ਪਹਿਲਾਂ ਉਹਦਾ ਉਹ ਦੋ ਜੀ ਕੀਤਾ ਸੀ ਜੇਲ੍ਹਦਾਰਾਂ ਦੇ ਘਰ ਫੂਕ ਕੇ ਸੁਆਹ ਕਰ ਦਵੇ ਆਪ ਆਪਣੇ ਪਤੀ ਦੇ ਨਾਲ ਹੀ ਜੜ ਕੇ ਮਰ ਜਾਏ ਪਰ ਫਿਰ ਸਾਗਰ ਦੀ ਫੋਨਦ ਨੇ ਉਹਨੂੰ ਰੋਕ ਲਿਆ ਬਿਲਕਦੇ ਹੋਏ ਸਾਗਰ ਨੂੰ ਉਹਨੇ ਆਪਣੀਆਂ ਬਾਹਾਂ ਚ ਲੈ ਲਿਆ ਦਿਲੀ ਦਿਲ ਚ ਉਹਨੇ ਪ੍ਰਣ ਕੀਤਾ ਵੀ ਉਹ ਇਸ ਘਰ ਲਈ ਕਰਦੀ ਬੱਚੀ ਹੋਈ ਨਿਸ਼ਾਨੀ ਨੂੰ ਪਾਲ ਪੋਸ ਕੇ ਜਵਾਨ ਕਰੇਗੀ ਉਸ ਦਿਨ ਤੋਂ ਹੀ ਬਿਸ਼ਨੀ ਨੇ ਦੜ ਵੱਟ ਲਈ ਪ੍ਰੇਮ ਨੇ ਆਪਣੀਆਂ ਗਿੱਲੀਆਂ ਅੱਖਾਂ ਨੂੰ ਸਾਫ਼ ਕੀਤਾ ਕਿ ਮਾਂ ਜੀ ਸੱਚਮੁੱਚ ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜੋ ਐਡਾ ਵੱਡਾ ਦਰਦ ਆਪਣੇ ਅੰਦਰ ਲੁਕੋ ਕੇ ਤੁਸੀਂ ਸਾਗਰ ਨੂੰ ਪਾਲਿਆ ਬਹੁਤ ਜਿਗਰ ਹੈ ਤੁਹਾਡਾ ਧੰਨੋ ਤੁਸੀਂ ਮੈਂ ਵਚਨ ਦਿੰਦਾ ਇਸ ਬੇਇਨਸਾਫੀ ਵਿਰੁੱਧ ਮੈਂ ਤੁਹਾਡੇ ਨਾਲ ਲੜ ਕੇ ਲੜਾਂਗਾ ਬਿਸ਼ਨੀ ਅੱਖਾਂ ਪੂੰਝਦੇ ਬੋਲੀ ਨਾ ਕਾਕਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਮੈਂ ਨਹੀਂ ਚਾਹੁੰਦੀ ਮੇਰੇ ਸਾਗਰ ਨੂੰ ਕੁਝ ਹੋਵੇ ਮੇਰੇਚ ਹੋਰ ਕੁਝ ਚੱਲਣ ਦੀ ਹਿੰਮਤ ਨਹੀਂ ਤੁਸੀਂ ਫਿਕਰ ਨਾ ਕਰੋ ਸਾਗਰ ਦਾ ਬਾਲ ਵਿੰਗਾ ਨਹੀਂ ਹੋਏਗਾ ਮੈਂ ਸਾਗਰ ਦੇ ਵੱਡੇ ਭਰਾ ਦੇ ਸਮਾਨ ਆ ਮੈਂ ਉਹਨੂੰ ਇਸ ਕਾਬਲ ਬਣਾਵਾਂਗਾ ਕਿ ਉਹ ਆਪਣੀ ਰੱਖਿਆ ਕਰ ਸਕੇ ਇਸ ਬੇਇਨਸਾਫੀ ਦਾ ਟੱਕਰਾ ਕਰ ਸਕੇ ਮੈਂ ਜਦੋਂ ਦੁਬਾਰਾ ਆਇਆ ਸਾਗਰ ਨੂੰ ਨਾਲ ਲੈ ਕੇ ਆਵਾਂਗਾ ਅੱਛਾ ਕਾਕਾ ਤੇਰਾ ਰੱਬ ਭਲਾ ਕਰੇ ਸਾਗਰ ਨੂੰ ਕਹਿਣਾ ਮੇਰਾ ਫਿਕਰ ਨਾ ਕਰੇ ਆਪਣੀ ਸਿਹਤ ਦਾ ਖਿਆਲ ਰੱਖੇ ਆਪਣੀ ਖਾਣ ਪੀਣ ਦਾ ਖਿਆਲ ਰੱਖੇ ਖੁਰਾਕ ਮਾਂ ਜੀ ਅਸੀਂ ਇਕੱਠੇ ਤੇ ਇੱਕੋ ਜਿਹੀ ਖਾਂਦੇ ਹਾਂ ਤੁਸੀਂ ਦੇਖਿਓ ਜਦੋਂ ਸਾਗਰ ਆਇਆ ਤੁਹਾਡੇ ਕੋਲੋਂ ਪਛਾਣ ਨਹੀਂ ਹੋਣਾ। ਅੱਛਾ ਕਾਕਾ ਰੱਬ ਤੇਰੀ ਉਮਰ ਲੰਮੀ ਕਰੇ। ਹਾਂ ਹੋਰ ਮੈਂ ਇੱਕ ਗੱਲ ਦੱਸਣੀ ਸੀ। ਸਾਗਰ ਨੇ ਪੜ੍ਹਾਈ ਵੀ ਸ਼ੁਰੂ ਕਰਤੀ ਹੈ। ਮੈਂ ਇਸ ਸਾਲ ਉਹਦਾ 10ਵਾਂ ਦਾ ਇਮਤਿਹਾਨ ਦਵਾ ਦੇਵਾਂਗਾ। ਉਮੀਦ ਹੈ ਜ਼ਰੂਰ ਪਾਸ ਹੋ ਜਾਏਗਾ। ਜ਼ਰਾ ਕੋ ਖੁਸ਼ੀ ਖੁਸ਼ ਹੁੰਦੀ ਹੋਈ। ਅੱਛਾ ਸਕੂਲ 'ਚ ਤਾਂ ਉਹਨੂੰ ਆਉਂਦਾ ਜਾਂਦਾ ਕੁਝ ਨਹੀਂ ਸੀ। ਇਹ ਸਭ ਤੇਰੀ ਸੰਗਤ ਦਾ ਨਤੀਜਾ ਹੈ। ਨਹੀਂ ਤਾਂ ਸਾਗਰ ਤੇ ਕੀ ਤੇ ਪੜ੍ਹਾਈ ਕੀ? ਨਹੀਂ ਮੰਜੀ ਉਹ ਤਾਂ ਅੱਧੀ ਅੱਧੀ ਰਾਤ ਤੱਕ ਪੜ੍ਹਦਾ ਰਹਿੰਦਾ ਹੁਣ। ਪ੍ਰੇਮ ਨੇ ਜਾਣ ਲੱਗਿਆ ਬਿਸ਼ਨੀ ਨੂੰ ਉਹਦੀ ਜ਼ਮੀਨ ਦੀ ਦਾਥਾਂ ਟਿਕਾਣਾ ਪੁੱਛਿਆ ਕਿ ਆ ਜਾਂਦਾ ਜਾਂਦਾ ਉਹ ਜ਼ਮੀਨ ਨੂੰ ਇੱਕ ਝਾਤੀ ਵੀ ਮਾਰ ਕੇ ਜਾਏਗਾ ਬਿਸ਼ਨੀ ਉਹਨੂੰ ਦਰਵਾਜ਼ੇ ਤੱਕ ਛੱਡਣ ਗਈ ਤੇ ਜਦੋਂ ਪ੍ਰੇਮ ਮੋਟਰਸਾਈਕਲ ਲੈ ਕੇ ਤੁਰ ਗਿਆ ਪਿੱਛੇ ਉਹਨੂੰ ਜਾਂਦੇ ਨੂੰ ਕਿੰਨਾ ਚਿਰ ਵੇਖਦੀ ਰਹੀ ਪ੍ਰੇਮ ਗਲੀ ਦਾ ਮੋੜ ਮੁੜ ਗਿਆ ਬਿਸ਼ਨੀ ਮੁੜ ਅੰਦਰ ਆ ਗਈ ਉਹਦੇ ਮਗਰੀ ਅੱਤੀ ਆ ਗਈ ਜਿਵੇਂ ਉਹ ਪ੍ਰੇਮ ਦੇ ਜਾਣ ਦੀ ਉਡੀਕ ਕਰ ਰਹੀ ਸੀ ਆਉਂਦੀ ਹੈ ਕਹਿਣ ਲੱਗੀ ਨਹੀਂ ਪ੍ਰੌਣਾ ਚਲਾ ਗਿਆ ਹਾਂ ਬੇਬੇ ਚ ਲੱਗੇ ਨਹੀਂ ਕੁਝ ਪਤਾ ਵੀ ਲੱਗਾ ਕੌਣ ਸੀ ਹਾਂ ਬੇਬੇ ਸਾਗਰ ਦੇ ਨਾਲ ਰਹਿੰਦਾ ਉਹਦਾ ਦੋਸਤ ਏ ਤੈਨੂੰ ਦੱਸਿਆ ਤਾਂ ਸੀ ਨਹੀਂ ਨਹੀਂ ਤੂੰ ਤਾਂ ਕਮਲੀ ਇਹ ਤਾਂ ਜੈਲਦਾਰਨ ਦਾ ਰਿਸ਼ਤੇਦਾਰ ਹੈ ਕਈ ਵਾਰ ਉਹਨਾਂ ਦੇ ਘਰ ਆਉਂਦਾ ਹੁੰਦਾ ਕਹਿੰਦੇ ਨੇ ਇਹਨਾਂ ਦੇ ਕਈ ਕਾਰਖਾਨੇ ਚੱਲਦੇ ਆ ਮੈਨੂੰ ਪਤਾ ਬੇਬੇ ਨਹੀਂ ਤੈਨੂੰ ਕੀ ਪਤਾ ਤੇ ਤੂੰ ਫੇਰ ਵੀ ਇਹਨੂੰ ਅੰਦਰ ਵੜ ਲੈਣ ਦਿੱਤਾ ਲੋਕੀ ਕੀ ਕਹਿਣਗੇ ਲੋਕਾ ਕਹਣਾ ਤੇਰੇ ਚ ਰਤਾ ਜਿੰਨੀ ਵੀ ਅਣਖ ਨਹੀਂ ਜ਼ਰਕ ਗੁੱਸੇ ਚ ਆ ਕੇ ਬੇਬੇ ਮੈਨੂੰ ਨਹੀਂ ਪਰਵਾਹ ਲੋਕਾਂ ਦੀ ਮੈਂ ਜਾਣਦੀ ਆ ਵੱਡੇ ਅਣਖ ਵਾਲਿਆਂ ਨੂੰ ਆਪ ਜ਼ੈਲਦਾਰਾਂ ਦੀਆਂ ਉਂਗਲੀਆਂ ਤੇ ਨੱਚਣ ਵਾਲੇ ਮੈਨੂੰ ਅਣਖ ਦਾ ਸਬਕ ਪੜਾਉਣਗੇ ਅਤੀ ਤੱਕ ਕੰਮ ਵੀ ਉੱਠੀ ਬਿਛਨੀ ਦਾ ਉੱਤਰ ਸੁਣ ਕੇ ਉਹਨੂੰ ਨਹੀਂ ਸੀ ਆਸ ਵੀ ਪਿਛਣੀ ਉਹਨੂੰ ਇਹੋ ਜਿਹਾ ਉੱਤਰ ਦੇਏਗੀ ਉਹਨੇ ਕਦੇ ਬਿਛਨੀ ਨੂੰ ਇੰਨੇ ਡਰ ਨਹੀਂ ਸੀ ਦੇਖਿਆ ਉਹ ਤਾਂ ਬਿਛਨੀ ਨੂੰ ਹੈਰਾਨ ਕਰਨ ਆਈ ਸੀ ਇਹ ਦੱਸ ਕੇ ਵੀ ਇਹ ਵੀ ਜ਼ੈਲਦਾਰਾਂ ਦੀ ਚਾਲ ਹੈ ਉਹਨਾਂ ਨੇ ਆਪਣਾ ਰਿਸ਼ਤੇਦਾਰ ਉਹਦੇ ਘਰ ਭੇਜਿਆ ਪਰ ਉਹਨੂੰ ਉਲਟਾ ਆਪ ਹੈਰਾਨੀ ਦਾ ਸਾਹਮਣਾ ਕਰਨਾ ਪਿਆ ਗੱਲ ਨੂੰ ਕੁਝ ਠੰਡੀ ਕਰਨ ਲਈ ਫੇਰ ਕਹਿਣ ਲਗੀ ਮੈਂ ਤਾਂ ਉਂਝ ਤੈਨੂੰ ਖਬਰਦਾਰ ਕਰਨ ਆਈ ਵੀ ਮਤੇ ਜਾਲਦਾਰ ਕੋਈ ਹੋਰ ਚਾਲ ਨਾ ਚੱਲਣ ਕੋਈ ਨਹੀਂ ਵੀ ਬੇਬੇ ਮੈਂ ਇੰਨੀ ਨਿਆਣੀ ਨਹੀਂ ਕਿ ਸਮਝ ਨਾ ਸਕਾਂ ਜਾਲਦਾਰ ਹੋਰ ਕੀ ਵਿਗਾੜ ਲਾਏਗਾ ਮੇਰਾ ਇਤੋਂ ਵੱਧੋ ਕੀ ਕਰ ਸਕਦਾ ਪਤਾ ਨਹੀਂ ਅੱਜ ਬਿਛਨੀ 'ਚ ਇਹ ਹੌਸਲਾ ਕਿਵੇਂ ਆ ਗਿਆ ਆਉਂਦਾ ਵੀ ਕਿਵੇਂ ਨਾ ਉਹਨੂੰ ਤੇ ਉਹਦੇ ਪੁੱਤਰ ਨੂੰ ਅੱਜ ਇੱਕ ਦੁੱਖ ਸੁੱਖ ਦਾ ਸਾਂਝੀ ਮਿਲ ਗਿਆ ਸੀ ਉਹ ਵੀ ਜੈਲਦਾਰਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਉਹਨਾਂ ਦੇ ਬਰਾਬਰ ਦਾ ਜੋ ਉਹਨਾਂ ਦੀ ਸਹਾਇਤਾ ਕਰਨ ਨੂੰ ਬਿਨਾਂ ਕਿਸੇ ਗਰਜ ਤੋਂ ਤਿਆਰ ਸੀ ਉਹਦੇ ਦਿਲ 'ਚ ਕੁਬਾਲ ਉੱਠ ਰਿਹਾ ਸੀ ਜਦੋਂ ਪ੍ਰੇਮ ਜੈਲਦਾਰ ਦਾ ਸਬੰਧੀ ਹੋ ਕੇ ਸਾਡੀ ਖਾਤਰ ਉਹਨਾਂ ਨਾਲ ਆੜਾ ਲਾਉਣ ਨੂੰ ਤਿਆਰ ਹੈ ਤਾਂ ਉਹ ਕਿਉਂ ਨਾ ਉਹਨਾਂ ਦੇ ਤਰਸ ਦੀ ਆਸ ਰੱਖੇ ਡਰ ਕੇ ਜਿਉਣਾ ਵੀ ਕੋਈ ਜਿਉਣਾ ਜੋ ਹੋਊ ਦੇਖੇ ਜਾਊ ਮੈਂ ਮੁਦਾਈ ਸੋਸਤ ਗਵਾਚ ਉਸ ਤਾਲੀ ਗੱਲ ਨਹੀਂ ਹੋਣ ਦੇਵਾਂਗੀ ਜੇ ਪ੍ਰੇਮ ਸਾਡੀ ਸਹਾਇਤਾ ਕਰਨ ਨੂੰ ਤਿਆਰ ਤਬ ਮੈਂ ਪਿੱਛੇ ਨਹੀਂ ਰਹਾਗੀ ਅੱਜ ਬਿਛਨੀ ਦੀ ਹਿੱਕ ਉਤੋਂ ਇੱਕ ਬਹੁਤ ਵੱਡਾ ਭਾਰ ਲੈ ਚੁੱਕਾ ਸੀ ਹੁਣ ਤੱਕ ਇਹ ਦਰਦ ਉਹਨੂੰ ਅੰਦਰ ਹੀ ਅੰਦਰ ਖਾਂਦਾ ਰਿਹਾ ਸੀ ਤੇ ਉਹ ਇਸ ਕੱਲੋਂ ਡਰਦੀ ਸੁੱਕਦੀ ਜਾ ਰਹੀ ਸੀ ਜਦੋਂ ਉਹਨੇ ਆਪਣੇ ਦਿਲ ਦੀ ਗੱਲ ਕਿਸੇ ਕੋਲ ਦੱਸੀ ਤਾਂ ਦੁਨੀਆ ਕੀ ਕਹੇਗੀ ਹੁਣ ਉਹ ਦੱਸ ਚੁੱਕੀ ਸੀ ਤੇ ਇਹਦੇ ਅਸਰ ਦਾ ਟੱਕਰਾ ਕਰਨ ਲਈ ਉਸ 'ਚ ਸ਼ਕਤੀ ਵੀ ਆ ਗਈ ਸੀ ਅੱਤੀ ਨੇ ਜਦੋਂ ਦੇਖਿਆ ਤਾਂ ਉਹਦੀਆਂ ਗੱਲਾਂ ਦਾ ਅਸਰ ਬਿਛਨੀ ਤੇ ਕੁਝ ਵੀ ਨਹੀਂ ਹੋਇਆ ਪਿਛਲੇ ਪੈਰੀ ਮੁੜਵੀਂ ਕਿਉਂ ਗੱਠਣਾ ਨਹੀਂ ਬੇਬੇ ਅੱਤੀ ਨੂੰ ਜਾਂਦੀ ਵੇਖ ਕੇ ਬਿਸ਼ਨੀ ਨੇ ਕਿਹਾ ਨਹੀਂ ਫੇਰ ਆਉਂਗੀ ਧੰਨਵਾਦ ਚਲਦਾ